ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਤੋਂ ਬਹੁਤ ਸਵਾਗਤ ਹੈ। ਮੈਂ ਨਵਦੀਪ ਧਾਲੀਵਾਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕੁਝ ਅਹਿਮ ਸੁਰਖੀਆਂ ਤੇ। ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਸਰਦ ਰੁੱਤ ਇਜਲਾਸ। ਇਸ ਵਾਰ ਇਜਲਾਸ ਦੇ ਵਿੱਚ ਹੋਣਗੀਆਂ 20 ਬੈਠਕਾਂ। ਲੋਕ ਸਭਾ ਸਪੀਕਰ ਕਰਨਗੇ ਸਾਰੇ ਰਾਜਨੀਤਿਕ ਦਲਾਂ ਦੇ ਆਗੂਆਂ ਦੇ ਨਾਲ ਮੁਲਾਕਾਤ। ਪੰਜ ਸੂਬਿਆਂ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆਉਣਗੇ ਨਤੀਜੇ। ਕਾਂਗਰਸ ਤੇ ਭਾਜਪਾ 'ਚ ਮੁੱਖ ਮੁਕਾਬਲਾ, ਕਈ ਦਿਗਜਾਂ ਦੀ ਕਿਸਮਤ ਦਾ ਹੋਵੇਗਾ ਐਲਾਨ। ਚੰਡੀਗੜ੍ਹ ਦੇ ਵਿੱਚ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੋਵੇਗੀ ਬੈਠਕ। ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣ ਕਰਕੇ ਸੋਮਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਬੈਠਕ। ਗੰਨੇ ਦਾ ਸਹੀ ਮੁੱਲ ਨਾ ਮਿਲਣ, ਕਣਕ ਦੀ ਬਿਜਾਈ ਵਿੱਚ ਦੇਰੀ ਸਹਿਤ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਨਗੇ ਕਿਸਾਨ ਯੂਨੀਅਨ ਵੱਲੋਂ 17 ਦਸੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਧਰਨਾ ਦੇਣ ਦਾ ਕੀਤਾ ਗਿਆ ਐਲਾਨ। ਹੁਣ ਖਬਰਾਂ ਵਿਸਥਾਰ ਤੇ ਨਾਲ। ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਤੇ ਇਸ ਵਾਰ ਹੋਣ ਵਾਲੇ ਇਜਲਾਸ ਦੇ ਵਿੱਚ 20 ਬੈਠਕਾਂ ਹੋਣਗੀਆਂ ਤੇ ਇਸ ਦੌਰਾਨ ਰਾਜ ਸਭਾ ਦੇ ਵਿੱਚ 8 ਅਤੇ ਲੋਕ ਸਭਾ ਦੇ ਵਿੱਚ 15 ਮਹੱਤਵਪੂਰਨ ਵਿਧੇਇਕ ਪੇਸ਼ ਕੀਤੇ ਜਾਣਗੇ। ਸਰਕਾਰ ਨੂੰ ਉਮੀਦ ਹੈ ਕਿ ਸਾਰੇ ਰਾਜਨੀਤਿਕ ਦਲ ਸਰਦ ਰੁੱਤ ਇਜਲਾਸ ਦੀ ਕਾਰਵਾਈ ਦੇ ਵਿੱਚ ਆਪਣਾ ਸਹਿਯੋਗ ਦੇਣਗੇ। ਉਧਰ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਇਜਲਾਸ ਤੋਂ ਪਹਿਲਾਂ ਸਾਰੇ ਦਲਾਂ ਦੇ ਨਾਲ ਇੱਕ ਬੈਠਕ ਵੀ ਕੀਤੀ। ਲੋਕ ਸਭਾ ਦੇ ਵਿੱਚ ਕਾਰਵਾਈ ਸਹੀ ਅਤੇ ਸੁਚਾਰੂ ਰੂਪ ਦੇ ਨਾਲ ਚਲਾਉਣ ਦੇ ਲਈ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਅੱਜ ਸਾਰੇ ਰਾਜਨੀਤਿਕ ਦਲਾਂ ਦੇ ਆਗੂਆਂ ਦੇ ਨਾਲ ਮੁਲਾਕਾਤ ਵੀ ਕਰਨਗੇ। ਇਸ ਬੈਠਕ ਮੈਂ ਸਭੀ ਲੀਡਰਸ ਉਪਸਥਿਤ ਥੇ, ਸਭੀ ਨੇ ਸਦਨ ਕੋ ਚਲਾਨੇ ਮੈਂ ਸਹਿਯੋਗ ਪ੍ਰਦਾਨ ਕਰਨੇ ਕੇ ਲੀਏ ਸਰਕਾਰ ਕੋ ਆਸ਼ਵਸਤ ਕੀਆ ਹੈ। ਉਨ੍ਹੋਂਨੇ ਆਪਣੇ ਵਿਚਾਰ ਰੱਖੇ, ਜਨਹਿਤ ਕੇ ਕੁਛ ਵਿਸ਼ੇ ਵੀ ਰੱਖੇ। ਲਗਭਗ 46 ਮਦੇ ਨਿਰਧਾਰਿਤ ਕੀ ਗਈ ਹੈ, ਜਿਨ ਪਰ ਕਾਮ ਕਾਜ ਸਦਨ ਕਰੇ। ਸਰਕਾਰ ਕੇ ਸਾਹਮਣੇ ਕਈ ਅਰਸੇ ਸੇ ਹਮ ਮੰਗ ਕਰ ਰਹੇ ਹਨ ਕਿ ਜੋ ਰਫਾਇਲ ਮੈਂ ਘੋਟਾਲਾ ਹੁਆ ਹੈ ਉਸਕੀ ਇਨਕੁਆਇਰੀ ਜੇਪੀਸੀ ਕੇ ਦੁਆਰਾ ਹੋਣੀ ਚਾਹੀਏ, ਜੁਆਇੰਟ ਪਾਰਲੀਮੈਂਟਰੀ ਕਮੇਟੀ ਕੇ ਦੁਆਰਾ ਹੋਣੀ ਚਾਹੀਏ। ਲੇਕਿਨ ਸਰਕਾਰ ਕੋਈ ਵੀ ਨਿਰਣੇ ਲੈਣੇ ਮੈਂ ਅਸਫਲ ਰਹੀ। ਇਸ ਲਈ ਹਮਨੇ ਇੱਕ ਵਾਰ ਫਿਰ ਇਹ ਸਰਕਾਰ ਸੇ ਨਿਵੇਦਨ ਕੀਆ ਹੈ ਕਿ ਜੇਪੀਸੀ ਬਣਾਈ ਜਾਏ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੇ ਅੱਜ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤੇ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਹੀ ਸਖ਼ਤ ਮੁਕਾਬਲਾ। ਪੰਜ ਰਾਜਾਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜਿਆਂ ਦਾ ਐਲਾਨ ਹੋਵੇਗਾ। ਇਹ ਨਤੀਜੇ ਦੇਸ਼ ਦੀ ਰਾਜਨੀਤੀ ਲਈ ਬਹੁਤ ਅਹਿਮੀਅਤ ਰੱਖਦੇ ਨੇ। ਇਹਨਾਂ ਵਿੱਚੋਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੀਆਂ ਚੋਣਾਂ ਦੇ ਨਤੀਜੇ ਇਹ ਫੈਸਲਾ ਕਰਨਗੇ ਕਿ ਆ ਰਹੀ ਪਾਰਲੀਮੈਂਟ ਦੀ ਚੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨਾਲ ਲੋਕ ਕਿੰਨੇ ਸਹਿਮਤ ਨੇ ਅਤੇ ਕਿੰਨੇ ਨਾਰਾਜ਼। ਇਹ ਵੀ ਪਤਾ ਲੱਗੇਗਾ ਕਿ ਮੋਦੀ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਕਿੰਨਾ ਕੁ ਅਮਲੀ ਜਾਮਾ ਪਹਿਨਾ ਸਕੇ ਨੇ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ 230 ਸੀਟਾਂ 'ਤੇ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਮੁਕਾਬਲਾ ਏ। ਰਾਜਸਥਾਨ 'ਚ 200 ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆਉਣਗੇ। ਗੱਲ ਛੱਤੀਸਗੜ੍ਹ ਦੀ ਕਰੀਏ ਤਾਂ ਇੱਥੇ 90 ਵਿਧਾਨ ਸਭਾ ਸੀਟਾਂ ਅਤੇ ਤੇਲੰਗਾਨਾ 'ਚ 119 ਵਿਧਾਨ ਸਭਾ ਸੀਟਾਂ ਦੇ ਨਤੀਜੇ ਐਲਾਨੇ ਜਾਣਗੇ। ਮਿਜ਼ੋਰਮ 'ਚ ਕੁੱਲ 40 ਵਿਧਾਨ ਸਭਾ ਸੀਟਾਂ ਨੇ। ਸੂਬੇ ਦੀ ਮੁੱਖ ਪਾਰਟੀ ਕਾਂਗਰਸ ਹੈ, ਜਿਸ ਨੇ ਪਿਛਲੇ ਸਾਲ ਚੋਣਾਂ 'ਚ ਸਭ ਤੋਂ ਜ਼ਿਆਦਾ 34 ਸੀਟਾਂ ਹਾਸਲ ਕੀਤੀਆਂ ਸੀ। ਪਿਛਲੀਆਂ ਸਾਰੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਦਾ ਜਾਦੂ ਚੱਲਦਾ ਰਿਹਾ ਹੈ, ਪਰ ਹੁਣ ਮੋਦੀ ਨੂੰ ਜ਼ਮੀਨੀ ਹਕੀਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਰਾਹੁਲ ਗਾਂਧੀ ਲਈ ਇਹਨਾਂ ਰਾਜਾਂ 'ਚ ਹੋਈਆਂ ਚੋਣਾਂ ਦੇ ਨਤੀਜੇ ਬਹੁਤ ਅਹਿਮੀਅਤ ਰੱਖਦੇ ਨੇ। ਰਾਹੁਲ ਗਾਂਧੀ ਨੇ ਠੀਕ ਇੱਕ ਸਾਲ ਪਹਿਲਾਂ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਹੁਣ ਉਹਨਾਂ ਲਈ ਇਹ ਇਮਤਿਹਾਨ ਦੀ ਘੜੀ ਹੈ।
इन्ना ही नहीं देश च विरोधी धिरां दे महान गठजोड़ की अगवाई का फैसला भी इन्हां चोणां दे नतीजियां ते ही निर्भर करता है। ब्यूरो रिपोर्ट। विरोधी धिरां ने 2019 दीआं लोकसभा चोणां दे विच सांझा फ्रंट बना के भाजपा नूं हलाउण दे लई संसद भवन दे विच मीटिंग कीती। इस मीटिंग दे विच भाजपा सरकार ते देश दे जमहूरी ढांचे नूं योजनाबद्ध ढंग नाल ढा लाउण, जमहूरी संस्थावां ते संविधान ते हमले करन दे इल्जाम लाया गया। आरबीआई दे गवर्नर उर्जित पटेल वालों अस्तीफा देने मगरों कांग्रेस प्रधान राहुल गांधी ने कहा है कि विरोधी पार्टियां इस गल ते एक मत ने कि रिजर्व बैंक अजिहियां संस्थावां ते हमले रोकने की लोड़ है। हालांकि इस मीटिंग दे विच बहुजन समाज पार्टी की मुखी मायावती ते समाजवाद पार्टी के आगू अखिलेश यादव शामिल नहीं हुए। Save democratic institutions. That is the main motive we all joined together. It is a national voice, nation voice. I am very clear on that. For the last so many days, attack an institution, CBA, ED, and also if you see income tax, how they misuse. Today, RBI, we are in the meeting. In the middle of the meeting, RBI governor has quit, resigned. What is the reason? You are out not for so many days. There is so much of pressure from the government of India. Give surplus, give money. And also whenever they say something, they are always attacking RBI governor. Demonetization, other areas is simply not acceptable and we are going to fight it. And we are going to do whatever we can to expose it. And there was a consensus that we are going to work together to defeat the BJP RSS combination. We are also going to have similar coordination in the future. We're going to work both inside parliament and outside. What is happening, frankly, is the government is getting more and more desperate. The government is taking measures that are dangerous for our country. The RBI governor has resigned because he is protecting the institution of the RBI and he's not able to function. Taking away the reserves from the RBI to save your skin, to atone for the sins that you have done, to try and fix the mismanagement that you have done, is an act that is against this nation. अज पंजाब कैबिनेट की बैठक होगी तो बैठक पहला 10 दसंबर नू होनी सी पर मुख्यमंत्री कैप्टन अमरिंदर सिंह की सेहत ठीक ना होने करके इस नू मुलतवी करना पिया। तो उधर मोहाली दे विच पंजाब सरकार के समागम जिस दे विच राहुल गांधी ते मनमोहन सिंह पहुंचे सन उस दे विच भी मुख्यमंत्री शामिल नहीं हो सके, जिस दे लई मुख्यमंत्री ने ट्वीट करके खेद जताया। उन्होंने लिखा कि डॉक्टरों ने उन्होंने आराम करने की सलाह दी है, इस करके वह समागम दे विच शामिल नहीं हो सकते। ते नाल ही कैप्टन अमरिंदर सिंह कैबिनेट मीटिंग दे विच शामिल नहीं हो सके, जिस कारण यह मीटिंग मुलतवी कर दी गई, जिस करके यह मीटिंग अज होगी। इसकी अगवाई खुद मुख्यमंत्री कैप्टन अमरिंदर सिंह करेंगे। अकाली दल का भुला बख्शाउण दे अखीरले दिन ते पंजाब दे साबका मुख्यमंत्री प्रकाश सिंह बादल ने मीडिया सामने सिख संगतां तो माफी मंगी ते कहा जाने अनजाने दे विच होईआं भुलां दे लई परमात्मा बख्शनहार है। अकाली दल वालों श्री अकाल तख्त साहब ते नतमस्तक हो के अखंड पाठ दे भोग पाए गए ते पंजाब दे साबका मुख्यमंत्री प्रकाश सिंह बादल मीडिया नाल गलबात करदे आ उन्हां कहा कि जाने अनजाने च होईआं भुलां लई ओह माफी मंगदे ने। ਆਪ ਤੋਂ ਆਪਣੇ ਪਿਤਾ ਤੋਂ ਆਪਣੇ ਗੁਰੂ ਤੋਂ ਆਪਣੇ ਮਾਲਕ ਤੋਂ ਜਿਸ ਤਰ੍ਹਾਂ ਭੁੱਲਾ ਬਖਸ਼ਾਉਣ ਦਾ ਸਮਾਗਮ ਸੀ, ਜੋ ਵੀ ਉਹਨਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਤੋਂ ਬਤੌਰ ਸਰਕਾਰ ਜਾਂ ਬਤੌਰ ਪਾਰਟੀ ਜਾਂ ਬਤੌਰ ਸ਼੍ਰੋਮਣੀ ਕਮੇਟੀ ਕੋਈ ਵੀ ਗਲਤੀ ਜਾਂ ਭੁੱਲ ਹੋਈ ਹੈ, ਗੁਰੂ ਸਾਹਿਬ ਬਖਸ਼ਣਹਾਰ ਹੈ, ਉਹ ਬਖਸ਼ ਦੇ। ਹੋਈਆਂ ਗਲਤੀਆਂ ਬਾਰੇ ਜਦੋਂ ਪੱਤਰਕਾਰਾਂ ਨੇ ਬਾਦਲ ਨੂੰ ਸਵਾਲ ਕੀਤਾ ਤਾਂ ਬਾਦਲ ਨੇ ਇਸ ਲਹਿਜੇ 'ਚ ਜਵਾਬ ਦਿੱਤਾ, ਆਓ ਤੁਸੀਂ ਖੁਦ ਹੀ ਸੁਣ ਲਵੋ। ਕੀ ਹੈ ਭੁੱਲਾ, ਸਪੈਸੀਫਾਈ ਕਰੋ ਜੀ ਕਿਹੜੀ ਭੁੱਲਾ। ਨਹੀਂ ਨਹੀਂ ਭੁੱਲਾ ਨਹੀਂ, ਮੈਂ ਗੁਰੂ ਨੂੰ ਲਿਸਟ ਦੇਣੀ। ਦੇਖੋ ਨਹੀਂ ਭੁੱਲਾ, ਜੋ ਕੁਛ ਹੈ ਜਾਣੇ ਅਣਜਾਣੇ ਭੁੱਲਾਂ ਹੋਈਆਂ
कोई भी है गुरु साहब जन जान है हर वक्त अपने मौजूद है उन्होंने तो माफ़ी मंगने वास्ते पर जो भुल हुई वो बख्शनार है बख्शनार उन्होंने बख्शी। प्रकाश सिंह बादल मीडिया नूं संबोधन दौरान पत्रकारां दे सवालां तों बचदे दिखाई दित्ते। बादल समुची सिख संगत तों भी माफ़ी मंगदे दिखाई दित्ते। असीं कोई अज नहीं रोज़ ही करदे आं आप हर सिख तों अरदास करदे माफ़ी मंगदे हां जी दो साल क्यों लग गए जी पहला भी मंगी है मैं इतने कई बार आके मांग के गया कई बार मांग के काका तुसी भी रहम करो थोड़े ना भी कोई गलती है तो माफी करो संगत तो भी माफी मांगते हैं गलती करो आज माफी तो जी तो मर्जी मंगा लो। फुल बख्शाऊ समागम तो बाद बादल ने सिख संगत तो माफी मांग ली है पर गुरु रूपी साध संगत ने माफी दिती है या नहीं ये तो 2019 दी चोणां विच ही साफ हो सकेगा। ब्यूरो रिपोर्ट। पिछले एक हफ्ते तक चल रहे इलाज अते आराम कर कैबिनेट मंत्री नवजोत सिंह सिद्धू दी सेहत दे विच काफी सुधार होया तो दस दईए कि नवजोत सिद्धू पिछले समय दौरान होईयां पांच सूबियां दीआं विधानसभा चोणां दे दौरान लगातार कांग्रेस दीआं सभावां नूं संबोधन करते रहे जिस कारण लगातार बोलन करके उन्हां दी सेहत खराब हो गई सी। मिली जानकारी दे मुताबिक हुण उन्हां दे गले विचलियां गंढां ते जख्म ठीक हो चुके ने ते ब्लीडिंग पूरी तरह दे नाल बंद हो चुकी है ते उह नवीं दिल्ली दे अपोलो हस्पताल दे डॉक्टरां ने सिद्धू नूं अगले एक हफ्ते लई गल्लबात दौरान शब्दां दे विच लम्मा अंतराल रखण अते उच्ची आवाज़ दे विच गल ना करन दा सुझाव हाले भी दित्ता। उधर भारत के मशहूर कारोबारी विजय मालिया दी मुश्किलां वध गईयां ने क्योंकि ब्रिटेन की अदालत ने विजय मालिया नूं भारत हवाले करन ते हुक्म जारी किए ने। 17 बैंकों के 9,000 करोड़ रुपए तो वध दा कर्ज वापस करन तो मुकरदियां विजय मालिया मार्च 2016 दौरान यूके फरार हो गया सी। उस तो बाद लगातार उसनूं भारत लियाउण दीआं कोशिशां कीतीआं जा रहीआं सन। पिछले दिन ही अगस्ता वेस्टलैंड कपड़े दे मुलजम ते कथित विचोले क्रिश्चियन मिशेल नूं दुबई जेल तो भारत लियांदा गया सी ते इस तो अगले ही दिन मालिया ने बैंकां दा कर्जा वापस करन दी हामी भी भर दित्ती सी। हालांकि विजय मालिया ब्रिटेन दी अदालत दे इस फैसले दे खिलाफ 40 दिनां दे अंदर अपील कर सकदा है। उधर विजय मालिया दी भारत सुपुरदगी दे मद्देनज़र मुंबई दी आर्थर रोड जेल नूं पूरी तरह दे नाल तैयार कर लिया गया ते जेल अधिकारियां ने मालिया लई उच्च सुरक्षा वाली बैरक तैयार कीती है जिस दी वीडियो भी बरतानवी अदालत ने तलब कीती है। ऑल इंडिया सिख स्टूडेंट फेडरेशन दे साबका प्रधान करनैल सिंह पीर मुहम्मद ने मुख्यमंत्री कैप्टन अमरिंदर सिंह दे उस बयान दी जोरदार निंदा कीती है जिस दे विच उन्होंने करतारपुर साहिब कोरीडोर बनाउण लई दोवां मुल्कां दी सहमति ते सवाल चुक्या सी। करनैल सिंह पीर मुहम्मद ने कैप्टन अमरिंदर सिंह नूं कहा कि उह सिख पंथ दी कीती जा रही अरदास नूं परवान होया वेखण दी थां नवजोत सिंह सिद्धू दी पाकिस्तान दे प्रधानमंत्री इमरान खान दी गूढ़ी दोस्ती तों ईरखावश हो के ही करतारपुर लांघे दी बेलोड़ी आलोचना कर रहे ने। इसे दौरान बरगाड़ी मोर्चे दी अचनचेत समाप्ति ते टिप्पणी करदे उन्होंने कहा कि बरगाड़ी दे इंसाफ मोर्चे दे प्रबंधकां नूं इस दा उन्हां नूं लोकां दी कचहरी दे विच हर हालत दे विच जवाब देना ही पवेगा। करतारपुर साहब लांघे की गल कोई अज नहीं चल रही। डॉक्टर मनमोहन सिंह उस तो पहला श्री अटल बिहारी वाजपेयी की सरकार तो लगातार पंजाब दी सरकार भी इस मसले नूं उठाउंदी रही है। जथेदार कुलदीप सिंह वडाला तो लैके कई जिहड़े धर्मी पुरश ने वह लगातार उत्थे जा के अरदासां करदे रहे ने। सिख कौम अपने विछड़े गुरधामां दी अरदास सवेरे शाम गुरद्वारा साहब दे अंदर करदी है। सो अजिहे हालातां दे विच कैप्टन अमरिंदर सिंह दा बयान अपने आप विच किन्ना हासोहीना है कि जदों इंडियन गौरमेंट ने बकायदा इस दा नींह पत्थर रख दिता पाकिस्तान दी गौरमेंट ने इस दा नींह पत्थर रख दिता तां फिर पंजाब दे मुख्यमंत्री दा यह बयान आउणा कि इस लांघे दे नाल जिहड़ा मिलीटेंसी नूं बढ़ावा मिलेगा ये अपने आप विच बड़ा ही जिहड़ा बयान गलत है। सो इस बयान नूं कैप्टन अमरिंदर सिंह नूं वापस लेना चाहिए। ये इस दा जवाब तो प्रबंधक ही दे सकदे जिन्हां ने बड़ी काली दे विच जदों उन्हां नूं पता है कि जिहड़ा स्टे वकेट नहीं होया जो हाई कोर्ट दे विच स्टे चल रहा है पुलिस अधिकारियों के खिलाफ वो अजे स्टे बरकरार है उसकी डेट जिवें बाबा दादू वाल ने कहा कि शायद अज है। सो उन्होंने इन्नी काली क्यों की इस दा जवाब तो पंथ दी कचहरी दे विच ओह देणगे पर मैं महसूस करदा कि सरकारां सिखां नूं मोर्चे लाउण लई मजबूर क्यों करदियां ने।
ਕਿਉਂ ਸਾਡਾ ਇਮਤਿਹਾਨ ਵਾਰ ਵਾਰ ਲਿਆ ਜਾਂਦਾ। ਤੇ ਉਧਰ ਕਿਸਾਨਾਂ ਨੂੰ ਗੰਨੇ ਦਾ ਸਹੀ ਮੁੱਲ ਨਾ ਮਿਲਣ, ਕਣਕ ਦੀ ਬਿਜਾਈ ਦੇ ਵਿੱਚ ਦੇਰੀ ਹੋਣ ਦੇ ਨਾਲ ਕਿਸਾਨਾਂ ਦੇ ਕਰਜ਼ ਮੁਆਫੀ ਸਹਿਤ ਹੋਰ ਮੁੱਦਿਆਂ ਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਸਾਫ਼ ਕਰਨ ਦੇ ਲਈ 17 ਦਸੰਬਰ ਨੂੰ ਯੂਨੀਅਨ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਨੇ ਸੂਬਾ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਕਿਸਾਨਾਂ ਨੂੰ ਗੰਨੇ ਦਾ ਸਹੀ ਮੁੱਲ ਨਾ ਮਿਲਣ, ਕਣਕ ਦੀ ਬਿਜਾਈ 'ਚ ਦੇਰੀ ਹੋਣ ਨਾਲ ਕਿਸਾਨਾਂ ਦੇ ਕਰਜ਼ ਮੁਆਫ਼ੀ ਸਹਿਤ ਹੋਰ ਮੁੱਦਿਆਂ 'ਤੇ 17 ਦਸੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਅਤੇ ਹਰਿਆਣਾ 'ਚ ਡੀਜ਼ਲ ਬਹੁਤ ਘੱਟ ਰੇਟ 'ਤੇ ਮਿਲ ਰਿਹਾ ਹੈ। ਉਦਯੋਗਪਤੀ ਤਾਂ ਉੱਥੋਂ ਡੀਜ਼ਲ ਲੈ ਆਉਂਦੇ ਨੇ, ਪਰ ਕਿਸਾਨ ਕਿਵੇਂ ਲਿਆਉਣ? ਅਸੀਂ ਕਹਿੰਦੇ ਹਾਂ ਵੀ ਜਿਹੜਾ ਰੇਟ ਚੰਡੀਗੜ੍ਹ 'ਚ ਮਿਲਦਾ ਉਸੇ ਰੇਟ 'ਤੇ ਇੱਥੇ ਮਿਲਣਾ ਚਾਹੀਦਾ। ਇੱਕ ਤਾਂ ਸਾਡੇ ਇੱਥੇ ਪੈਟਰੋਲ ਪੰਪ ਖਤਮ ਹੋ ਰਹੇ ਆ, ਉੱਥੋਂ ਜਾ ਕੇ ਬਲੈਕ ਲਿਆ ਰਹੇ ਆ, ਲੋਕ ਚੋਰੀ ਕਰ ਰਹੇ ਨੇ, ਅਤੇ ਇੱਕ ਆ ਕਿਸਾਨ ਵਿਚਾਰਾ ਕਿੰਨਾ ਕੁ ਲੈ ਆਊਗਾ ਜੀ? ਇੰਡਸਟਰੀਅਲਿਸਟ ਤਾਂ ਹੁਣ ਉੱਥੋਂ ਹੀ ਲਿਆ ਰਿਹਾ ਜੀ, ਪੂਰਾ ਟੈਂਕਰ ਹੈ ਉਹਨਾਂ ਦਾ ਆ ਜਾਂਦਾ ਇੱਥੇ, ਅਤੇ ਕਿਸਾਨ ਨੂੰ ਥੋੜ੍ਹਾ ਚਾਹੀਦਾ ਹੁੰਦਾ ਜੀ, ਇੱਕ ਢੋਲ ਲੈਣਾ ਮਸਾਂ, ਅਸੀਂ ਬਿਜਾਈ ਕੀਤੀ ਆ, ਸਾਨੂੰ ਕਰੋੜਾਂ ਦਾ ਘਾਟਾ ਪਿਆ। ਉਹਦੇ ਵਾਸਤੇ ਅਸੀਂ ਐਸੇ 17 ਤਰੀਕ ਨੂੰ ਸਾਰੇ ਡੀਸੀਆਂ ਦੇ ਧਰਨੇ ਮਾਰਾਂਗੇ, ਉਹਨਾਂ ਨੂੰ ਮੈਮੋਰੈਂਡਮ ਦੇਵਾਂਗੇ, ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਵਾਂਗੇ ਵੀ ਆਹ ਚੋਣਾਂ ਆ ਰਹੀਆਂ ਨੇ, ਸਾਨੂੰ ਇਹਦੇ ਵੱਲ ਨਾ ਪਾਓ, ਸਾਨੂੰ ਕਿਤੇ ਡਾਂਗ ਇਹਦੇ ਵਾਸਤੇ ਨਾ ਕੱਢਣੀ ਪਏ। 18 ਤਰੀਕ ਨੂੰ ਦਿਨ ਸੋਮਵਾਰ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਦੇ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਵੀ ਸਾਡਾ ਇਹ ਡੀਜ਼ਲ ਅਤੇ ਪੈਟਰੋਲ ਜਿਹੜੀਆਂ ਆਮ ਸਟੇਟਾਂ ਸਾਰੀਆਂ ਸਟੇਟਾਂ ਨੂੰ ਮਹਿੰਗਾ ਉਹਨਾਂ ਦੇ ਬਰਾਬਰ ਕਰ ਦਿਉ, ਚੰਡੀਗੜ੍ਹ ਦੇ ਬਰਾਬਰ ਕਰ ਦਿਉ, ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਸੰਘਰਸ਼ ਕਰਾਂਗੇ। ਜੇ ਸਾਡੀ ਨਾ ਮੰਗ ਮੰਨੀ ਗਈ ਤਾਂ ਅਸੀਂ ਮਾਰਚ ਦੇ ਵਿੱਚ ਇਹਨਾਂ ਦੇ ਸਾਰੇ ਡਿਪੂ ਵੀ ਬੰਦ ਕਰਾਂਗੇ, ਪੱਕੇ ਤੌਰ 'ਤੇ ਧਰਨੇ ਲਾ ਦੇਵਾਂਗੇ, ਡੀਜ਼ਲ ਦੀ ਸਪਲਾਈ ਅਤੇ ਪੈਟਰੋਲ ਦੀ ਸਪਲਾਈ ਵੀ ਰੋਕ ਦੇਵਾਂਗੇ। ਦੂਜੀ ਸਿਰ ਸਾਡੀ ਮੰਗ ਆ ਜਿਹੜੀ ਕਰਜ਼ੇ, ਪੰਜਾਬ ਸਰਕਾਰ ਨੇ ਵੱਡਾ ਵਾਅਦਾ ਕੀਤਾ ਸੀ ਵੀ ਸਾਰੇ ਕਰਜ਼ਾ ਸਮੁੱਚੇ ਕਰਜ਼ੇ 'ਤੇ ਲਕੀਰ ਫੇਰੀ ਜਾਊ, ਸਹੁਆਂ ਖਾਧੀਆਂ ਗਈਆਂ ਸੀ ਪਰ ਕੋਈ ਸਾਡੇ ਕਰਜ਼ੇ ਮਾਫ਼ ਨਹੀਂ ਹੋਏ, ਕਿਸੇ ਦਾ 20,000 ਹੋ ਜਾਂਦਾ, ਕਿਸੇ ਦਾ 30,000 ਹੋ ਜਾਂਦਾ, ਸਾਨੂੰ ਮਨਜ਼ੂਰ ਨਹੀਂ। ਅਸੀਂ ਇਹੀ ਮੰਗ ਕਰਦੇ ਹਾਂ ਜਿਵੇਂ ਸਹੁਆਂ ਖਾਧੀਆਂ ਸੀ, ਸਮੁੱਚਾ ਕਰਜ਼ਾ, ਭਾਵੇਂ ਆੜ੍ਹਤੀਆਂ ਦਾ ਕਰਜ਼ਾ, ਭਾਵੇਂ ਬੈਂਕਾਂ ਦਾ ਕਰਜ਼ਾ, ਕੋਆਪਰੇਟਿਵ ਦਾ ਕਰਜ਼ਾ ਜਾਂ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ, ਸਮੁੱਚਾ ਕਰਜ਼ਾ ਅਸੀਂ ਮਾਫ਼ ਕਰਵਾਉਣਾ। ਕਿਸਾਨਾਂ ਨੇ ਕੇਂਦਰ ਦੀ NDA ਸਰਕਾਰ ਅਤੇ ਪੰਜਾਬ ਸਰਕਾਰ 'ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਾਉਂਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਦੇ ਪ੍ਰਤੀ ਆਪਣਾ ਰਵੱਈਆ ਨਾ ਬਦਲਿਆ ਤਾਂ 2019 ਦੀਆਂ ਲੋਕ ਸਭਾ ਚੋਣਾਂ 'ਚ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ। ਬਿਊਰੋ ਰਿਪੋਰਟ। ਖਬਰਾਂ ਦੇ ਇਸ ਬੜਨ ਵਿੱਚ ਇੰਨਾ ਹੀ, ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਨਵਦੀਪ ਧਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ।